ਓ ਸੁਣੀ ਪਰਿੰਕਾ ਜੱਟ ਨੀ ਟਿੰਕਾ ਮਰ ਗਿਆ ਰੰਗ ਗੁਲਾਬੀ ਤੇ ਲਵ ਯੂ ਨੀ ਹਰਿਆਣੇ ਵਾਲੀਏ ਕਹਿਣਾ ਜੱਟ ਪੰਜਾਬੀ ਨੇ ਓਸਕਰ ਮਿਲੂ ਯਾਰੀਆਂ ਦਾ ਯਾਰਾਂ ਨੂੰ ਫੀਲਿੰਗਾਂ ਗ੍ਰੇਟ ਵੀ ਦੁਨੀਆਂ ਦਾ ਅੱਠਵਾਂ ਅਜੂਬਾ ਲੱਗਦਾ ਕਾਲਜ ਦਾ ਵੇਟ ਵੀ ਮੈਸ ਵਾਲਾ ਫੂਡਿਆ ਅੰਕਲ ਜੀ ਰੂੜਿਆ ਫਿਰ ਵੀ ਯਾਰਾਂ ਦਾ ਪੋਜ਼ਿਟਿਵ ਐਟੀਟਿਊਡਿਆ ਉਹ ਦਾਰੂ ਨਾ ਪਰੌਂਠੇ ਖਾ ਖਾ ਵਧੀ ਜਾਂਦਾ ਆ ਮਿੱਤਰਾਂ ਦਾ ਪੇਟ ਜੀ ਓਸਕਰ ਪਰਸਨਲੀ ਵੀ ਤੁਹਾਨੂੰ ਪ੍ਰਪੋਜ਼ ਕਰਨ 'ਚ ਇੰਨੀ ਜੱਦੋਜਹਿਦ ਕਰਨੀ ਪਈ ਹੈ ਜਾਂ ਫਿਲਮੀ ਲਾਈਫ ਦੇ ਵਿੱਚ ਹੀ ਇਸ ਫਿਲਮ ਦੇ ਵਿੱਚ ਹੀ ਮੈਂ ਸੱਚੀ ਦੱਸਾਂ ਮੈਂ ਪਰਸਨਲੀ ਪ੍ਰਪੋਜ਼ ਨਹੀਂ ਕੀਤਾ ਜੀ ਕਿਸੇ ਨੂੰ ਗਲਤ ਇਹ ਤੁਹਾਨੂੰ ਮੰਨਣਾ ਪੈਣਾ ਹੈ ਮੈਂ ਨਹੀਂ ਕੀਤਾ ਮੇਰੀ ਹਿੰਮਤ ਨਹੀਂ ਪਈ ਅੱਜ ਤੱਕ ਮੈਨੂੰ ਹਮੇਸ਼ਾ ਹੀ ਡਰ ਲੱਗਦਾ ਔਰ ਮੈਂ ਕਦੀ ਕੀਤਾ ਨਹੀਂ ਹੁਣ ਤਾਂ ਉੱਦਾਂ ਹੀ ਵਿਆਹ ਵਰਿਆ ਭਾਅ ਜੀ ਹੁਣ ਤਾਂ ਪ੍ਰਪੋਜ਼ ਵਾਲਾ ਟਾਈਮ ਹੀ ਗਿਆ ਦੁਨੀਆਂ ਕਹਿੰਦੀ ਹੈ ਕਿ ਪਿਆਰ ਬਿਨਾਂ ਜ਼ਿੰਦਗੀ ਅਧੂਰੀ ਆ ਪਰ ਭਾਊ ਕਹਿੰਦਾ ਕਿ ਯਾਰਾਂ ਬਿਨਾਂ ਜ਼ਿੰਦਗੀ ਅਧੂਰੀ ਆ ਅਤੇ ਉਹ ਭਾਊ ਸਾਡੇ ਨਾਲ ਹੈ ਹਰੀਸ਼ ਵਰਮਾ ਜੱਟ ਟਿੰਕਾ ਹਰੀਸ਼ ਭਾਅ ਜੀ ਬੜਾ ਘੈਂਟ ਡਾਇਲੋਗ ਹੈ ਇਸ ਫਿਲਮ ਦਾ ਮੈਂ ਵੀ ਬੋਲਿਆ ਟ੍ਰੇਲਰ ਲਾਂਚ ਹੋ ਚੁੱਕਿਆ ਇਸ ਮੂਵੀ ਦਾ ਕਿੰਨੀ ਕੁ ਐਕਸਾਈਟਮੈਂਟ ਆਇਆ ਕਿਉਂਕਿ ਯਾਰ ਅਨਮੁੱਲੇ ਨੇ ਤੁਹਾਨੂੰ ਸਟਾਰ ਬਣਾਇਆ ਸੀ ਅਤੇ ਯਾਰ ਅਨਮੁੱਲੇ ਰਿਟਰਨ 10 ਸਾਲ ਬਾਅਦ ਹੁਣ ਫਿਰ ਰਿਲੀਜ਼ ਹੋ ਰਹੀ ਹੈ ਕਿੱਦਾਂ ਦਾ ਮਹਿਸੂਸ ਮਹਿਸੂਸ ਬੜਾ ਅੱਛਾ ਹੋ ਰਿਹਾ ਜੀ ਐਕਸਾਈਟਮੈਂਟ ਲੈਵਲ ਬਹੁਤ ਜ਼ਿਆਦਾ ਔਰ ਜੋ ਰਿਸਪੋਂਸ ਮਿਲ ਰਿਹਾ ਟ੍ਰੇਲਰ ਨੂੰ ਮੈਸੇਜਿਸ ਆ ਰਹੇ ਨੇ ਸਾਰਿਆਂ ਦੇ ਉਹ ਮੈਸੇਜਿਸ ਪੜ੍ਹ ਕੇ ਕੌਨਫੀਡੈਂਟ ਹੋ ਗਏ ਹਾਂ ਬਹੁਤ ਜ਼ਿਆਦਾ ਔਰ 10 ਸਾਲ ਬਾਅਦ 8 ਸਾਲ ਬਾਅਦ ਐਕਚੁਲੀ 8.5 ਸਾਲ ਬਾਅਦ ਇਹ ਫਿਲਮ ਆ ਰਹੀ ਹੈ ਉਹ ਆਈ ਸੀਗੀ 11 ਚ ਅਤੇ ਆਈ ਮੀਨ ਚਲੋ 9 ਸਾਲ ਲਾ ਲੈਂਦੇ ਹਾਂ ਫਿਲਮ ਆ ਰਹੀ ਹੈ ਔਰ ਪੂਰੀ ਉਮੀਦ ਆ ਕਿ ਇਹ ਫਿਲਮ ਉਸੇ ਫਿਲਮ ਦੀ ਤਰ੍ਹਾਂ ਪ੍ਰਚਲਿਤ ਹੋਊਗੀ ਜੱਟ ਟਿੰਕਾ ਨੂੰ ਬਹੁਤ ਲਾਈਕ ਕੀਤਾ ਸੀਗਾ ਪਬਲਿਕ ਨੇ ਲੋਕਾਂ ਨੇ ਤੁਹਾਡੇ ਫੈਨਸ ਨੇ ਹੁਣ ਭਾਊ ਨੂੰ ਲਾਈਕ ਕਰਨਗੇ ਲੱਗਦਾ ਭਾਊ ਤੋਂ ਕਿੰਨੀ ਕੁ ਐਕਸਪੈਕਟੇਸ਼ਨ ਭਾਊ ਦਰਅਸਲ ਇਸ ਫਿਲਮ ਦੇ ਵਿੱਚ ਆਪਣਾ ਪ੍ਰਭ ਹੈ ਮੈਂ ਤਾਂ ਜੱਟ ਟਿੰਕਾ ਹੀ ਹਾਂ ਅਤੇ ਇਹ ਦੀਪ ਯੂਵੀ ਹੈ ਅਤੇ ਭਾਊ ਨੂੰ ਦੀਪ ਨੂੰ ਟਿੰਕੇ ਨੂੰ ਬਹੁਤ ਜ਼ਿਆਦਾ ਪਿਆਰ ਮਿਲੂਗਾ ਪੂਰੀ ਉਮੀਦ ਆ ਪਿਛਲੀ ਵਾਰੀ ਫਿਲਮ ਦੇ ਗਾਣੇ ਬਹੁਤ ਮਕਬੂਲ ਹੋਏ ਸੀ ਇਸ ਫਿਲਮ ਦੇ ਗਾਣਿਆਂ ਤੋਂ ਕਿੰਨੀ ਕੁ ਐਕਸਪੈਕਟੇਸ਼ਨ ਹੈ ਕੀ ਲੱਗਦਾ ਕਿ ਕਿਹੜਾ ਗਾਣਾ ਜਿਹੜਾ ਸਭ ਤੋਂ ਹਿੱਟ ਹੋ ਕੇ ਨਿਕਲੂਗਾ ਵੈਸੇ ਤਾਂ ਸਾਰੇ ਗਾਣੇ ਬੜੇ ਸੋਹਣੇ ਸਾਊਂਡ ਕਰ ਰਹੇ ਨੇ ਅੱਜ ਕੱਲ੍ਹ ਜਿੱਦਾਂ ਗਾਣੇ 2 ਰਿਲੀਜ਼ ਹੋ ਚੁੱਕੇ ਆ ਇੱਕ ਤਾਂ ਓਸਕਰ ਇੱਕ ਮੇਰਾ ਜੀ ਪ੍ਰਭ ਦਾ ਗਾਇਆ ਹੋਇਆ ਓਸਕਰ ਗਾਇਆ ਹੋਇਆ ਸਿੰਘੇ ਦਾ ਅਤੇ ਬੜਾ ਸੋਹਣਾ ਰਿਸਪੋਂਸ ਮਿਲਿਆ ਉਹਨਾਂ ਗਾਣਿਆਂ ਨੂੰ ਅੱਗੇ ਵੀ ਗਾਣੇ ਆ ਰਹੇ ਨੇ ਇੱਕ ਗਾਣਾ ਰਾਜ ਰਣਜੋਧ ਨੇ ਗਾਇਆ ਟਿੰਕਾ ਪ੍ਰਿੰਕਾ ਜਿਹੜਾ ਆਉਣਾ ਹੁਣ ਜਿਹੜਾ USP ਹੈ ਅਤੇ ਉਹ ਗਾਣਾ ਰਾਜ ਨੇ ਬਹੁਤ ਖੂਬਸੂਰਤ ਗਾਇਆ ਉਹਨਾਂ ਨੇ ਲਿਖਿਆ ਅਤੇ ਦ ਕਿੱਡ ਦਾ ਮਿਊਜ਼ਿਕ ਹੈ ਗੁਰਮੀਤ ਭਾਅ ਜੀ ਦਾ ਮਿਊਜ਼ਿਕ ਹੈ ਫਿਲਮ ਦੇ ਵਿੱਚ ਪ੍ਰਗਟ ਘੁੰਮਣ ਦਾ ਸਰਬ ਘੁੰਮਣ ਦਾ ਅਤੇ ਬਹੁਤ ਮਜ਼ੇਦਾਰ ਸਾਰਾ ਕੁਛ ਹੈਗਾ ਤੁਸੀਂ ਕਿਹੜਾ ਗਾਣਾ ਗੁਣਗੁਣਾਉਣਾ ਚਾਹੋਗੇ ਓਸਕਰ ਜਾਂ ਮੈਂ ਓਸਕਰ ਵੀ ਮੈਨੂੰ ਸਾਰੇ ਗਾਣੇ ਪਸੰਦ ਨੇ ਇੱਕ ਗੀਤ ਹੈ ਜਿਹੜਾ ਤੁਸੀਂ ਉਹਦੇ 'ਚ ਸੁਣਿਆ ਹੋਣਾ ਉਹ ਰਾਜ ਨੇ ਗਾਇਆ ਓ ਸੁਣੀ ਪਰਿੰਕਾ ਜੱਟ ਨੀ ਟਿੰਕਾ ਮਰ ਗਿਆ ਰੰਗ ਗੁਲਾਬੀ ਤੇ ਲਵ ਯੂ ਨੀ ਹਰਿਆਣੇ ਵਾਲੀਏ ਕਹਿਣਾ ਜੱਟ ਪੰਜਾਬੀ ਨੇ ਇਸ ਵਾਰੀ ਪ੍ਰਿੰਕਾ ਸੈੱਟ ਹੋ ਜੂਗੀ ਕਿ ਪਿਛਲੀ ਵਾਰ ਤਾਂ ਬੜੀ ਜੱਦੋਜਹਿਦ ਕਰਨੀ ਇਸ ਵਾਰੀ ਵੀ ਜੱਦੋਜਹਿਦ ਕਰਨੀ ਪਈ ਹੈ ਜੀ ਹੋ ਜੂਗੀ ਪਰ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਇਸ ਫਿਲਮ ਦੇ ਮਿਊਜ਼ਿਕ ਬਾਰੇ ਜਿਸ ਤਰੀਕੇ ਨਾਲ ਆਪਾਂ ਗੱਲਬਾਤ ਕੀਤੀ ਫਿਲਮ ਦੇ ਕੀ ਇਸ ਥੀਮ ਕੀ ਰਹੇਗਾ ਇਸ ਫਿਲਮ ਦਾ ਇਸ ਫਿਲਮ ਦਾ ਥੀਮ ਯਾਰੀ ਹੈ ਜੀ ਯਾਰੀ ਤੁਹਾਡੀ ਜਿੱਦਾਂ ਆਪਾਂ ਹਰੇਕ ਦਾ ਯਾਰ ਹੁੰਦਾ ਹਰੇਕ ਦੀ ਦੋਸਤੀ ਹੁੰਦੀ ਇੱਕ ਗਰੁੱਪ ਹੁੰਦਾ ਉਹਦੇ 'ਚ ਕਿੱਦਾਂ ਆਪਾਂ ਉਹਨਾਂ ਦੇ ਨਾਲ ਖੜ੍ਹਦੇ ਹਾਂ ਕੀ ਸਿਚੁਏਸ਼ਨਾਂ 'ਚੋਂ ਯਾਰੀ ਦੇ ਸਮੇਂ ਗੁਜ਼ਰਦੇ ਹਾਂ ਕਈ ਵਾਰੀ ਸਾਨੂੰ ਫਲਾਣੇ ਦੋਸਤ ਨਾਲ ਖੜ੍ਹਨਾ ਪੈਂਦਾ ਕਿਸੇ ਨੂੰ ਨਾਰਾਜ਼ ਕਰਨਾ ਪੈਂਦਾ ਕੋਈ ਨਾਰਾਜ਼ ਹੋ ਜਾਂਦਾ ਅਤੇ ਉਹ ਕਿੱਦਾਂ ਮਨਾਉਂਦੇ ਆ ਉਹ ਸਾਰੀਆਂ ਗਲਤ ਫਹਿਮੀਆਂ ਕਿੱਦਾਂ ਪੈਂਦੀਆਂ ਨੇ ਉਹ ਦੂਰ ਕਿੱਦਾਂ ਹੁੰਦੀਆਂ ਨੇ ਉਸ ਸਾਰੇ ਦੇ ਉੱਤੇ ਇਹ ਫਿਲਮ ਹਰੇਕ ਬੰਦੇ ਨੂੰ ਆਪਣਾ ਕਾਲਜ ਟਾਈਮ ਆਪਣੇ ਦੋਸਤ ਯਾਦ ਆਉਣਗੇ ਜਿਹੜੇ ਵਿਛੜ ਗਏ ਨੇ ਉਹ ਵੀ ਯਾਦ ਆਉਣਗੇ ਪਰਸਨਲੀ ਵੀ ਤੁਹਾਨੂੰ ਪ੍ਰਪੋਜ਼ ਕਰਨ 'ਚ ਇੰਨੀ ਜੱਦੋਜਹਿਦ ਕਰਨੀ ਪਈ ਹੈ ਜਾਂ ਫਿਲਮੀ ਲਾਈਫ ਦੇ ਵਿੱਚ ਹੀ ਇਸ ਫਿਲਮ ਦੇ ਵਿੱਚ ਹੀ ਕਰਨੀ ਪਈ ਪਰਸਨਲੀ ਕੀ ਲੱਗਦਾ ਕਿ ਪ੍ਰਪੋਜ਼ ਕਰਨਾ ਕਿੰਨਾ ਕੁ ਔਖਾ ਮੈਂ ਸੱਚੀ ਦੱਸਾਂ ਮੈਂ ਪਰਸਨਲੀ ਪ੍ਰਪੋਜ਼ ਨਹੀਂ ਕੀਤਾ ਜੀ ਕਿਸੇ ਨੂੰ ਗਲਤ ਇਹ ਤੁਹਾਨੂੰ ਮੰਨਣਾ ਪੈਣਾ ਹੈ ਮੈਂ ਨਹੀਂ ਕੀਤਾ ਮੇਰੀ ਹਿੰਮਤ ਨਹੀਂ ਪਈ ਅੱਜ ਤੱਕ ਕਾਲਜ ਟਾਈਮ ਯੂਨੀਵਰਸਿਟੀ ਟਾਈਮ ਨਾ ਮੈਂ ਕਦੇ ਵੀ ਨਹੀਂ ਕੀਤਾ ਇੱਕ ਵਾਰੀ ਕਾਲਜ 'ਚ ਇਹ ਹੋਇਆ ਸੀਗਾ ਮੈਂ ਆਪਣੇ ਦੋਸਤਾਂ ਨੂੰ ਕਹਿ ਬੈਠਾ ਮੈਂ ਯਾਰ ਮੈਨੂੰ ਕੁੜੀ ਵਧੀਆ ਲੱਗਦੀ ਹੈ ਉਹ ਮੈਨੂੰ ਉਹਦੀ ਕਲਾਸ 'ਚ ਲੈ ਗਏ ਅਤੇ ਉਹ ਕਲਾਸ 'ਚ ਲੈ ਕੇ ਮੈਨੂੰ ਖੜ੍ਹਾ ਕਰਕੇ ਇਹਨੇ ਕੁਛ ਕਹਿਣਾ ਉਹ ਕਹਿੰਦੀ ਹਾਂ ਉਹਦੀ ਸਹੇਲੀ ਵੀ ਸੀਗੀ ਨਾਲ ਮੈਂ ਕਿਹਾ ਕੁਛ ਨਹੀਂ ਕਹਿਣਾ ਜੀ ਮੈਂ ਤਾਂ ਕੁਛ ਨਹੀਂ ਕਹਿਣਾ ਫਿਲਮ ਵਾਲੀ ਹੋ ਗਈ ਹਾਂ ਫਿਲਮ ਵਾਲੀ ਹੋ ਗਈ ਵੀ ਤਾਂ ਬੋਲਿਆ ਹੀ ਨਹੀਂ ਗਿਆ ਮਤਲਬ ਇਹ ਤੋਂ ਪ੍ਰਪੋਜ਼ ਹੋਇਆ ਹੀ ਨਹੀਂ ਅੱਜ ਤੱਕ ਮੈਂ ਕੀਤਾ ਹੀ ਨਹੀਂ ਕੀਤਾ ਕਿਸੇ ਨੇ ਚਲੋ ਛੱਡੋ ਆਖਰੀ ਸਵਾਲ ਫਿਲਮ ਦੀ ਰਿਲੀਜ਼ ਡੇਟ ਦੱਸ ਦਿਓ ਦਰਸ਼ਕਾਂ ਨੂੰ ਜੀ ਫਿਲਮ ਦੀ ਰਿਲੀਜ਼ ਡੇਟ 27 ਮਾਰਚ ਹੈ ਅਤੇ ਜਿਹੜੀ ਕਿ ਬਿਲਕੁਲ ਨੇੜੇ ਆ ਗਈ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਸਾਰੇ ਜਣੇ 27 ਮਾਰਚ ਨੂੰ ਦੋਸਤਾਂ ਪਰਿਵਾਰ ਨਾਲ ਫਿਲਮ ਦੇਖਣ ਜਾਓਗੇ ਔਰ ਇਹ ਫਿਲਮ ਪਿਛਲੀ ਫਿਲਮ ਵਾਂਗੂ ਬਹੁਤ ਲੰਬਾ ਸਮਾਂ ਕੱਢੂਗੀ ਸਿਨੇਮਾ ਘਰਾਂ 'ਚ
ਚਾਹੁੰਦਾ ਜੀ। ਥੈਂਕ ਯੂ ਥੈਂਕ ਯੂ ਯਾਰ। ਅਨਮੁੱਲੇ ਰਿਟਰਨ ਦਾ ਟ੍ਰੇਲਰ ਲਾਂਚ ਹੋ ਚੁੱਕਿਆ ਅਤੇ ਸਾਡੇ ਨਾਲ ਐਕਸਕਲੂਸਿਵਲੀ ਯੁਵਰਾਜ ਹੰਸ ਨੇ। ਹੰਸ ਆਪ ਐਕਸਪੈਕਟੇਸ਼ਨ ਯਾਰ ਅਨਮੁੱਲੇ ਰਿਟਰਨ ਤੋਂ, ਕਿੰਨੀ ਕੁ ਐਕਸਪੈਕਟੇਸ਼ਨ? ਯਾਰ ਅਨਮੁੱਲੇ ਰਿਟਰਨਸ ਤੋਂ ਬਹੁਤ ਐਕਸਪੈਕਟੇਸ਼ਨਸ ਆ ਜੀ। ਜਿੱਦਾਂ ਯਾਰ ਅਨਮੁੱਲੇ 1 ਚੱਲੀ ਸੀਗੀ, ਲੋਕਾਂ ਦਾ ਪਿਆਰ ਮਿਲਿਆ ਸੀਗਾ, ਉੱਦਾਂ ਹੀ ਸਾਡੇ ਵੱਲੋਂ ਇਹੀ ਕੋਸ਼ਿਸ਼ ਆ ਕਿ ਅੱਛੀ ਮੂਵੀ ਬਣਾ ਕੇ ਉਨਾ ਹੀ ਪਿਆਰ ਬਟੋਰਿਆ ਜਾਵੇ। ਲੈਟਸ ਹੋਪ ਫੋਰ ਦਾ ਬੈਸਟ। ਨਰਵਸਨੈਸ ਵੀ ਹੈ, ਐਕਸਾਈਟਮੈਂਟ ਵੀ ਹੈ, ਬਾਕੀ ਬਾਬਾ ਜੀ ਜੋ ਚਾਹੁੰਦੇ ਉਹੀ ਹੁੰਦਾ। ਤੁਹਾਡਾ ਕੀ ਰੋਲ ਪਲੇ ਹੈ ਇਸ ਮੂਵੀ ਦੇ ਵਿੱਚ? ਮੇਰਾ ਇਹੀ ਹੈ ਜੀ ਕਿ ਜਿਹੜਾ ਲਾਸਟ ਮੂਵੀ 'ਚ ਕਰੈਕਟਰ ਸੀਗਾ ਦੀਪ ਸੋਂਦੀ, ਉਹੀ ਹੈ। ਬਟ ਥੋੜ੍ਹਾ ਜਿਹਾ ਉਸ 'ਚ ਬਹੁਤ ਜ਼ਿਆਦਾ ਡਰਪੋਕ ਸੀਗਾ, ਇਸ 'ਚ ਡਰਪੋਕ ਹੈਗਾ ਆ, ਬਟ ਆਪਣੀ ਗਰਲਫ੍ਰੈਂਡ ਤੋਂ ਡਰਦਾ ਜ਼ਿਆਦਾ, ਅਤੇ ਉਹ ਥੋੜ੍ਹੇ ਜਿਹੇ 2-4 ਸ਼ੇਡਸ ਹੈਗੇ ਆ, ਇੱਕ ਮੈਚੋਰਿਟੀ ਲੈਵਲ ਵਾਲਾ ਸ਼ੇਡ ਆ ਇੱਦਾਂ ਦੇ। ਪ੍ਰਪੋਜ਼ ਕਰਨ ਲੱਗੇ ਹੁਣ ਵੀ ਡਰ ਲੱਗਦਾ ਯੁਵਰਾਜ ਜਾਂ ਫਿਰ ਪਹਿਲਾਂ ਡਰ ਲੱਗਦਾ? ਮੈਨੂੰ ਹਮੇਸ਼ਾ ਹੀ ਡਰ ਲੱਗਦਾ, ਔਰ ਮੈਂ ਕਦੀ ਕੀਤਾ ਨਹੀਂ, ਹੁਣ ਤਾਂ ਉੱਦਾਂ ਹੀ ਵਿਆਹਿਆ ਵਰਿਆ ਭਾਅ ਜੀ, ਹੁਣ ਤਾਂ ਪ੍ਰਪੋਜ਼ ਵਾਲਾ ਟਾਈਮ ਹੀ ਗਿਆ, ਅਤੇ ਪ੍ਰਪੋਜ਼ ਤੋਂ ਸ਼ੁਰੂ 'ਤੇ ਬਹੁਤ ਡਰਦਾ ਸੀ। ਹੁਣ ਇਸ ਮੂਵੀ ਦੇ ਵਿੱਚ ਸੌਂਗ ਬਹੁਤ ਚੱਲ ਰਹੇ ਨੇ, ਜਿੰਨੇ ਵੀ ਸੌਂਗ ਹੁਣ ਤੱਕ ਲਾਂਚ ਹੋਏ ਨੇ ਬੜੇ ਚੱਲ ਰਹੇ ਨੇ, ਕੋਈ ਐਸਾ ਸੌਂਗ ਜਿਹੜਾ ਤੁਹਾਡੇ ਦਿਲ ਦੇ ਕਰੀਬ ਹੋਵੇ ਇਸ ਮੂਵੀ? ਭਾਅ ਜੀ ਮੈਨੂੰ ਸਾਰੇ ਗਾਣੇ ਬਹੁਤ ਪਸੰਦ ਨੇ, ਬਟ ਜਿਹੜਾ ਹੁਣ ਚੱਲ ਰਿਹਾ ਉਹ ਮੈਂ ਤੁਹਾਨੂੰ ਸੁਣਾ ਦਿੰਦਾ। ਔਸਕਰ ਮਿਲੂ ਯਾਰੀਆਂ ਦਾ ਯਾਰਾਂ ਨੂੰ, ਫੀਲਿੰਗਾਂ ਗ੍ਰੇਟ ਵੀ, ਦੁਨੀਆਂ ਦਾ 8ਵਾਂ ਅਜੂਬਾ ਲੱਗਦਾ, ਕਾਲਜ ਦਾ ਵੇਟ ਵੀ, ਮੈਸ ਵਾਲਾ ਫੂਡਿਆ, ਅੰਕਲ ਜੀ ਰੂੜਿਆ, ਫਿਰ ਵੀ ਯਾਰਾਂ ਦਾ ਪੋਜ਼ਿਟਿਵ ਐਟੀਟਿਊਡ ਆ, ਉਹ ਦਾਰੂ ਨਾ ਪਰੌਂਠੇ ਖਾ ਖਾ ਵਧੀ ਜਾਂਦਾ ਆ, ਮਿੱਤਰਾਂ ਦਾ ਪੇਟ ਜੀ। ਔਸਕਰ ਆਖਰੀ ਸਵਾਲ ਮੇਰਾ ਕਿ 2011 ਦੇ ਵਿੱਚ ਯਾਰ ਅਨਮੁੱਲੇ ਰਿਲੀਜ਼ ਹੋਈ ਸੀ, ਇੰਨਾ ਟਾਈਮ ਕਿਉਂ ਲੱਗ ਗਿਆ? ਨਾ ਟਾਈਮ ਭਾਅ ਜੀ ਸਟੋਰੀ ਨਹੀਂ ਸੀ ਮਿਲ ਰਹੀ, ਫਿਰ ਅਨੁਰਾਗ, ਅਸੀਂ ਇਹੀ ਚਾਹੁੰਦੇ ਸੀਗੇ ਕਿ ਅਨੁਰਾਗ ਭਾਅ ਜੀ ਨੇ ਬਣਾਈ, ਅਨੁਰਾਗ ਭਾਅ ਜੀ ਬਣਾਉਣ, ਬਟ ਸਮਹਾਉ ਅਨੁਰਾਗ ਭਾਅ ਜੀ ਇਜ਼ ਵੈਰੀ ਬਿਜ਼ੀ, ਹੈ ਨਾ, ਉਹ ਨਹੀਂ ਕਰ ਪਾਏ, ਬਟ ਉਹਨਾਂ ਨੇ ਸਾਨੂੰ ਆਸ਼ੀਰਵਾਦ ਦਿੱਤਾ। ਔਰ ਜਦੋਂ ਹੈਰੀ ਪੱਟੀ ਭਾਅ ਜੀ ਦਾ ਮੈਨੂੰ ਫੋਨ ਆਇਆ, ਅਤੇ ਕਿਉਂਕਿ ਮੈਂ ਹੈਰੀ ਪੱਟੀ ਭਾਅ ਜੀ ਦਾ ਕੰਮ ਦੇਖਿਆ ਹੋਇਆ ਸੀਗਾ, ਰੱਬ ਦਾ ਰੇਡੀ ਹੋਵੇ ਜਾਂ ਸਰਦਾਰ ਮੁਹੰਮਦ ਹੋਵੇ, ਫਿਰ ਮੈਨੂੰ ਲੱਗਾ ਕਿ ਯਾਰ ਚੰਗੇ ਹੱਥਾਂ 'ਚ ਆ, ਸੇਫ ਹੈਂਡਸ 'ਚ ਆ, ਅਨੁਰਾਗ ਭਾਅ ਜੀ ਤੋਂ ਬਾਅਦ ਫਿਰ ਹੈਰੀ ਪੱਟੀ ਕੰਮ ਖਿੱਚ ਸਕਦਾ, ਅਤੇ ਉਹਨਾਂ ਨੇ ਕੋਸ਼ਿਸ਼ ਕੀਤੀ, ਅਸੀਂ ਵੀ ਕੋਸ਼ਿਸ਼ ਕੀਤੀ। ਲੈਟਸ ਹੋਪ ਰਿਲੀਜ਼ ਹੋ ਰਹੀ ਹੈ ਮੂਵੀ 27 ਮਾਰਚ 2020, 27 ਮਾਰਚ ਨੂੰ ਸਾਰੇ ਜਾਣੇ ਜਾ ਕੇ ਆਓ ਜੀ, ਯਾਰ ਅਨਮੁੱਲੇ ਮੂਵੀ ਦੇਖ ਕੇ ਆਓ, ਬਹੁਤ ਪਸੰਦ ਆਊਗੀ ਤੁਹਾਨੂੰ। ਆਲ ਦੀ ਬੈਸਟ, ਥੈਂਕ ਯੂ ਭਾਅ ਜੀ। ਇਹਨੇ ਯੁਵਰਾਜ ਹੰਸ ਜੋ ਕਿ ਹੁਣ ਨਵੀਂ ਮੂਵੀ ਦੇ ਵਿੱਚ ਦਿਖਣਗੇ, ਨਵੀਂ ਮੂਵੀ ਦਾ ਸੈਕਿੰਡ ਜਿਹੜਾ ਪਾਰਟ ਹੈਗਾ ਯਾਰ ਅਨਮੁੱਲੇ ਦਾ, ਯਾਰ ਅਨਮੁੱਲੇ ਰਿਟਰਨ, ਉਸ ਦੇ ਵਿੱਚ ਦਿਖਣਗੇ, ਅਤੇ ਇਸ ਮੂਵੀ ਤੋਂ ਕਾਫੀ ਐਕਸਪੈਕਟੇਸ਼ਨ ਯੁਵਰਾਜ ਹੰਸ ਨੂੰ ਨੇ, ਲੇਕਿਨ ਪਬਲਿਕ ਦੀ ਐਕਸਪੈਕਟੇਸ਼ਨ 'ਤੇ ਕਿੰਨੇ ਕੁ ਖਰੇ ਉਤਰਦੇ ਨੇ ਯੁਵਰਾਜ 'ਤੇ ਇਹ ਫਿਲਮ, ਇਹ ਦੇਖਣ ਵਾਲੀ ਗੱਲ ਹੋਏਗੀ, ਕਿਉਂਕਿ 27 ਮਾਰਚ ਨੂੰ ਮੂਵੀ ਰਿਲੀਜ਼ ਹੋਣ ਜਾ ਰਹੀ ਹੈ, ਅਤੇ 27 ਮਾਰਚ ਨੂੰ ਜੋ ਦੇਖਣਾ ਹੋਏਗਾ ਕਿ ਦਰਸ਼ਕਾਂ ਦੇ ਦਿਲ ਦੇ ਵਿੱਚ ਆਖਿਰਕਾਰ ਯਾਰ ਅਨਮੁੱਲੇ ਜਿੰਨੀ ਜਗ੍ਹਾ ਯਾਰ ਅਨਮੁੱਲੇ ਰਿਟਰਨ ਬਣਾ ਪਾਉਂਦੀ ਆ ਜਾਂ ਨਹੀਂ। ਕੈਮਰਾਮੈਨ ਦੀਪਕ ਤੇ ਅਰਵਿੰਦਰ ਸਿੰਘ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। All World Open Challenge 17 time gold medalist Mia Rafiq Mohammed, Pandit Maulvi Begum Tantrik, inna chora thagga to saavdhan, specialist Vashikaran Satta number love marriage, pati patni ch anban, videsh ch pakka hona, karobar da na chalna, sirf 31 ghantiyan vich samadhan, free Mia Rafiq Mohammed, mobile 84374 94647 84374 94648।